सत श्री अकाल जी, अंबेडकर मिशन न्यूज़ चैनल देख रहे सारे दर्शकों का स्वागत है जी। मैं तो अपना लखविंदर सिंह गत्तरी, असी अज पहुँचे हाँ शहर समराला दे बिजली दफ्तर विच, जिते कि पिंड रोले दे वासियों वल्लों अज धरना लगाया गया वा, क्योंकि उस पिंड दे विच जिहड़ा लोड आ बिजली का, वो पिंड दे कई घर दे जिहड़े लोग ने वो अपना कनैक्शन चक के दूसरी तारां ते पा लैंदे ने, इस करके जिहड़े पिंड दे गाह पिंड दे घर ने, पिंड दे विच जिहड़े अगे वाले घर ने, उहनां विच बिजली नहीं आउंदी हैगी, बिजली डिम हो जाती है, उस करके उत्थे दे लोकां ने इत्थे धरना लगाया वा। आओ असीं इहनां नाल गलबात करदे हां, ते इत्थे जिहड़े योधकारी ने उहनां नाल गलबात करदे हां। देखो जी, इन्होंने अज तो 10-15 दिन पहला दरखास्त दी सी अपने एक्सीन साहब न, एक्सीन साहब ने एस डी ओ मार्क करती सी उन्होंने जई न, पर जई सरजीत मोहन सिंह जई, उन्हें कोई कार्रवाई नहीं की, क्योंकि इन्हों 6 दिन हो गए रात की इन्हों लाइट आ जी बंद रही है, क्योंकि आ गर्मी का जोड़ा महा दिन ने ये तो वैसे ही टाइम पास करना औखा वा, जाने के बिना लाइट तो बहुत ज़्यादा मुश्किल आ रही है। अज इन्होंने इतने आके धरना लाया, मैनू भी सद्या अपने साडे मैंबर ने सारे यूनियन के, हुण असी एस डी ओ साहब नाल गल करिए, एक्सीन साहब नाल भी करिए, वह कहिंदे भी असी ट्रांसफार्म इन्हां दा नवा पास कर दिंदे आ, जां भाई सानूं 1 या 2 दिन का टाइम दो, इस करके असी जिहड़ा अपना धरना वा ये मुलतवी भी करते हैं, भी चकते नहीं है, जे इन्हां ने कल ना कोई कार्रवाई की तो असी धरना फेर लाँगे। ਨਾਮ ਮੇਰਾ ਸਿਮਰਜੀਤ ਸਿੰਘ, ਪਿੰਡ ਰੋਲੇ ਜੀ। ਧਰਨਾ ਦਿੱਤਾ ਤੁਸੀਂ? ਹਾਂਜੀ। ਕੀ ਕਰਨ? ਇਹ ਧਰਨਾ ਦਿੱਤਾ ਜੀ, ਸਾਡੇ ਪਿੰਡ ਵੋਲਟੇਜ ਦੀ ਬਹੁਤ ਸਮੱਸਿਆ ਆ, ਸਾਡੇ ਪਿੰਡ ਸਾਡੇ ਯਾਨੀ ਕਿ ਇੱਕ ਟਰਾਂਸਫਾਰਮ ਤੋਂ ਜਿਹੜੀ ਲਾਈਟ ਆ ਉਹ ਤੇ ਬਹੁਤ ਸਮੱਸਿਆ, ਰਾਤ ਨੂੰ ਜਮਾਂ ਹੀ ਵੋਲਟੇਜ ਘੱਟ ਆ ਜਾਂਦੀ ਆ, ਵੋਲਟੇਜ ਆਉਂਦੀ ਨਹੀਂ, ਫਿਊਜ਼ ਉੱਡ ਜਾਂਦਾ, 6 ਦਿਨ ਹੋ ਗਏ ਸਾਨੂੰ ਰਾਤ ਨੂੰ ਬਿਨਾਂ ਲਾਈਟ ਤੋਂ ਰਹਿੰਦੇ ਆ ਨੂੰ, ਤੁਹਾਨੂੰ ਪਤਾ ਹੀ ਆ ਗਰਮੀ ਦਾ ਮਾਹੌਲ ਆ, ਬੱਚਿਆਂ ਦਾ ਬਹੁਤ ਬੁਰਾ ਹਾਲ ਆ ਜੀ। ਅਸੀਂ ਪ੍ਰਸ਼ਾਸਨ ਨੂੰ 29 ਤਰੀਕ ਨੂੰ ਐਪਲੀਕੇਸ਼ਨ ਦਿੱਤੀ ਸੀ, ਅਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਸੀ ਵੀ ਅਸੀਂ ਤੁਹਾਡਾ ਹੱਲ ਕਰਾਂਗੇ, ਅਤੇ ਉਸ ਤੋਂ ਬਾਅਦ ਜੀ ਮੋਹਨ ਸਿੰਘ ਨੇ ਕੋਈ ਵੀ ਹੱਲ ਨਹੀਂ ਕੀਤਾ ਸਾਡਾ, ਉੱਥੇ ਸਾਡੇ ਲਾਈਨਮੈਨ ਨੂੰ ਭੇਜਤਾ ਸਰਜੀਤ ਨੂੰ, ਉਹ ਆਇਆ ਗੇੜਾ ਕੱਢ ਕੇ ਮੁੜ ਗਿਆ, ਉਹਨੇ ਕੋਈ ਕੰਮ ਨਹੀਂ ਕੀਤਾ। ਹੁਣ ਅਸੀਂ ਧਰਨਾ ਲਾਇਆ, ਇਹਨਾਂ ਨੇ ਹੁਣ ਸਾਨੂੰ ਵਿਸ਼ਵਾਸ ਦਵਾਇਆ ਵੀ ਤੁਹਾਡਾ 2 ਦਿਨ ਦੇ ਵਿੱਚ ਟਰਾਂਸਫਾਰਮ ਲਾਵਾਂਗੇ। ਹੱਲ ਨਹੀਂ ਹੁੰਦਾ ਅਸੀਂ ਧਰਨਾ ਚੱਕਿਆ ਨਹੀਂ, ਮੁਲਤਵੀ ਕੀਤਾ, ਧਰਨਾ ਪੱਕਾ ਨਹੀਂ ਹਟਾਇਆ, ਮੁਲਤਵੀ ਕੀਤਾ, ਜੇ 2 ਦਿਨਾਂ ਦੇ ਵਿੱਚ ਨਾ ਸਾਡਾ ਹੱਲ ਹੋਇਆ ਤਾਂ ਅਸੀਂ ਵੀਰੇ ਪੱਕੇ ਫੇਰ ਬੈਠੇ ਹਾਂ। ਸਰ, ਇੱਕ ਰੋਲੇ ਪਿੰਡ ਵਾਸੀਆਂ ਨੇ ਧਰਨਾ ਦਿੱਤਾ ਬਿਜਲੀ ਦਫ਼ਤਰ ਮੂਹਰੇ, ਕੀ ਕਾਰਨ? ਰੋਲੇ ਪਿੰਡ ਵਾਲਿਆਂ ਨੇ ਨਾ ਐਪਲੀਕੇਸ਼ਨ ਦਿੱਤੀ ਸੀ ਵੀ ਇਹ ਟਰਾਂਸਫਰ ਸਾਡਾ ਇੱਥੇ ਰੱਖਿਆ ਜਾਵੇ, ਟਰਾਂਸਫਰ ਦਾ ਸੁਧਾਰ ਕਰਿਆ ਜਾਵੇ। ਕਈ ਵਾਰ ਪਤਾ ਕੀ ਹੁੰਦਾ, ਬੰਦੇ ਮੰਗ ਕਰਦੀ ਆਪਣੇ ਵੀ ਟਰਾਂਸਫਰ ਰੱਖਿਆ ਜਾਵੇ, ਅਤੇ ਕਈ ਵਾਰ ਓਵਰ ਅਨਬੈਲੈਂਸ ਹੁੰਦਾ, ਉਹਨਾਂ ਅਨਬੈਲੈਂਸ ਵਾਸਤੇ ਜਿਹੜੀ ਉਹਨਾਂ ਦੀ ਅਰਜ਼ੀ ਦਿੱਤੀ ਹੁੰਦੀ ਟਰਾਂਸਫਾਰਮਰ ਦੀ, ਉਹਦੇ ਜੇ ਮਾਰ ਕਰਤੀ, ਅਤੇ ਮੈਂ ਇਹਨੂੰ ਦੱਸਿਆ ਵੀ ਆਪਣੇ ਜਿਹੜੇ ਟਰਾਂਸਫਾਰਮਰ ਲੋਡ ਵੀ ਚੈੱਕ ਕਰ ਲਾ। ਇਹਨਾਂ ਨੇ ਜਦੋਂ ਲੋਡ ਚੈੱਕ ਕਰਿਆ, ਲੋਡ 2 ਫੇਸ 'ਤੇ ਜ਼ਿਆਦਾ ਸੀਗਾ, 1 ਫੇਸ 'ਤੇ ਘੱਟ ਸਾ, ਅਨਬੈਲੈਂਸ ਆ ਲੋਡ। ਉਹ ਸਰਜੀਤ ਸਾਡਾ ਮੁੰਡਾ ਇਲਮਾ ਲੈਣਮੈਨ, ਉਹ ਸਾਈਕਲ ਲੈਣਮੈਨ, ਉਹ ਸਾਈਕਲ ਲੈਣਮੈਨ ਜਾ ਕੇ ਆਪਣੇ ਲੋਡ ਬੈਲੈਂਸ ਕਰਿਆ ਆ, ਉਹ ਪਿੱਛੇ ਦੇ ਲੋਕਾਂ ਨੇ ਫੇਰ ਕਿਤੇ ਜਿਹੜਾ ਫੀਡਿਆ ਨੇ ਚੱਕ ਕੇ ਦੂਏ ਫੇਸ 'ਚ ਪਾ ਲਈ, ਹੈਂ ਐਕਚੁਅਲੀ ਉਸ ਫੇਸ 'ਚ ਫੇਰ ਲੋਡ ਵੱਧ ਗਿਆ, ਹੈਂ। ਅਤੇ ਹੁਣ ਇਹ ਬੰਦੇ ਹੁਣ ਮੰਗ ਕਰਦੇ ਵੀ ਜਿਹੜੇ ਟਰਾਂਸਫਾਰਮਰ ਜਾਵੇ, ਕਿ ਉਹ ਬੈਲੈਂਸ ਸਹੀ ਕਰਤਾ, ਅਤੇ ਟਰਾਂਸਫਾਰਮਰ ਵੈਸੇ ਹੈ 90% 'ਤੇ ਲੋਡ ਵੀ ਚੱਲਦਾ, 90-95% 'ਤੇ ਹੈ, ਅਤੇ ਫਿਰ ਉਹ ਲੋਡ ਹੋਣ ਵਾਲੀ ਆ, ਉਹ ਅਸੀਂ ਤਾਂ ਨਵਾਂ ਟਰਾਂਸਫਾਰਮਰ ਫਿਰ ਰੱਖ ਦਿੰਦੇ ਹਾਂ, ਉਹਨਾਂ ਦੀ ਸਮੱਸਿਆ ਜਿਹੜੀ ਹੱਲ ਹੋਊਗੀ। ਠੀਕ ਹੈ।